ਪਹਿਲਾਂ ਸੋਚਿਆ ਜਾਵੇ, ਲੀਡਰ ਸੋਚਣ ਬਿਆਨ ਦਾ ਕੀ ਅਸਰ ਹੋ ਸਕਦਾ ਹੈ। ਹਰ ਲੀਡਰ ਆਪਣੀ ਜ਼ਬਾਨ 'ਤੇ ਕੰਟਰੋਲ ਕਰੇ। ਪੰਜਾਬ ਬੇਹੱਦ ਸੰਵੇਦਨਸ਼ੀਲ ਸੂਬਾ ਹੈ। ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਸਨਮਾਨ ਹੈ। ਸਾਰੇ ਧਰਮਾਂ ਦੇ ਲੋਕ ਗੁਰਦੁਆਰਾ ਸਾਹਿਬ ਆਉਂਦੇ ਨੇ। ਤਾਂ ਮਨਿੰਦਰਜੀਤ ਸਿੰਘ ਬਿੱਟਾ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਹੈ। MS ਬਿੱਟਾ ਦੇ ਵੱਲੋਂ ਕਿਹਾ ਗਿਆ ਕਿ ਸਿੱਖ ਧਰਮ 'ਤੇ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਜਾਵੇ, ਲੀਡਰ ਸੋਚਣ ਬਿਆਨ ਦਾ ਕੀ ਅਸਰ ਹੋ ਸਕਦਾ। ਹਰ ਲੀਡਰ ਆਪਣੀ ਜ਼ਬਾਨ 'ਤੇ ਕੰਟਰੋਲ ਕਰੇ। ਪੰਜਾਬ ਬੇਹੱਦ ਸੰਵੇਦਨਸ਼ੀਲ ਸੂਬਾ ਹੈ। ਦਰਅਸਲ ਪਿਛਲੇ ਦਿਨੀ ਅਮੈਰੀਕਾ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਜੋ ਕਿ ਇਹ ਬਿਆਨ ਦਿੱਤਾ ਗਿਆ, ਤਾਂ ਇਸ ਨੂੰ ਲੈ ਕੇ BJP ਦੇ ਆਗੂਆਂ ਦੇ ਵੱਲੋਂ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ। ਲਗਾਤਾਰ ਜੋ ਕਿ ਪ੍ਰਦਰਸ਼ਨ ਵੀ ਕੀਤੇ ਜਾ ਰਹੇ, ਅਤੇ ਇਸ ਦੇ ਵਿਚਾਲੇ MS ਬਿੱਟਾ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੱਤੀ ਹੈ। ਮੈਂ ਪੂਰੇ ਦੇਸ਼ ਮੇਂ ਜਾਤਾ ਹੂੰ, ਮੈਂ ਕੋਨੇ ਕੋਨੇ ਮੇਂ ਜਾਤਾ ਹੂੰ। ਜਿਤਨਾ ਸਿੱਖ ਕੌਮ ਕੋ ਮਾਨ ਸਨਮਾਨ ਮਿਲਤਾ, ਕਿਸੀ ਕੋ ਮਿਲਤਾ ਹੀ ਨਹੀਂ। ਔਰ ਮਿਸਾਲ ਅੰਮ੍ਰਿਤਸਰ ਕੀ ਹੈ, ਹਰਿਮੰਦਰ ਸਾਹਿਬ। ਹਿੰਦੂ ਮੁਸਲਮਾਨ ਸਿੱਖ ਈਸਾਈ ਨਮਸਤਕ ਹੋਤਾ, ਕਿਤਨੇ ਮੇਰੇ ਸਿੱਖ ਭਾਈ ਮੰਦਰੋਂ ਮੈਂ ਜਾਤੇ ਬਤਾ ਦੂੰ। ਮੈਂ ਤੋ ਜਾਤਾ ਹੂੰ, ਛਾਤੀ ਠੋਕ ਕੇ ਕਹਿਤਾ ਹੂੰ ਮੈਂ ਜਾਤਾ ਹੂੰ। ਜਿਸਨੇ ਗੋਲੀ ਚਲਾਣੀ ਚਲਾ ਰਹੇ, ਜਿਸਨੇ ਬੰਬ ਚਲਾਣੇ ਚਲਾ ਰਹੇ, ਮੈਂ ਜਾਤਾ ਹੂੰ, ਜਾਤਾ ਰਹੂੰਗਾ। ਕਿਆ ਹਿੰਦੂ ਧਰਮ, ਕਿਆ ਔਰ ਦੂਸਰੇ ਧਰਮ, ਮੈਂ ਮੁਸਲਿਮ ਧਰਮ, ਈਸਾਈ ਧਰਮ, ਕਿਆ ਹਮਾਰੇ ਗੁਰਦੁਆਰਾ ਸਾਹਿਬ ਪੇ ਜਾਣੇ ਪੇ ਗੁਰੇਜ਼ ਕਰਤੇ? ਨਹੀਂ, ਫਖਰ ਮਹਿਸੂਸ ਕਰਤੇ ਔਰ ਫਿਰ ਕਹਤੇ ਹਮੇ ਅੰਮ੍ਰਿਤ ਛਕਣਾ ਹੈ। ਤੋ ਇਹ ਜੋ ਬਿਆਨ ਹੈ, ਸਿੱਖ ਧਰਮ ਕੋ ਖਤਰਾ ਹੈ, ਕਿਆ ਕੱਲ ਕੋ ਕੜਾ ਪਹਿਨ ਕੇ ਹਮ ਜਾ ਪਾਏਂਗੇ ਗੁਰਦੁਆਰਾ ਸਾਹਿਬ? ਇਹ ਬਿਆਨ ਬਿਲਕੁਲ ਸਹਿਮਤ ਨਹੀਂ ਹੂੰ। ਸਿੱਖ ਧਰਮ ਕੇ ਉੱਪਰ ਕੋਈ ਵੀ ਬਿਆਨ ਦੇ, ਚਾਹੇ ਮੈਂ ਹੂੰ ਚਾਹੇ ਕੋਈ ਵੀ ਹੋ, ਜੋ ਮੈਨੇ ਬਿਆਨ ਦਿਆ, ਮੈਂ ਸਿੱਖ ਧਰਮ ਪੇ ਬਿਆਨ ਨਹੀਂ ਦਿਆ। ਮੈਨੇ ਬਿਆਨ ਦਿਆ ਬੇਗੁਨਾਹ ਹੋ ਕੇ ਕਾਤਲੋਂ ਕਾ ਬਿਆਨ ਦਿਆ, ਜਿਨ੍ਹਾਂ ਨੇ 36,000 ਲੋਕੋ ਕੋ ਮਾਰਾ। ਮੈਂ ਸਿੱਖ ਧਰਮ ਕੇ ਉੱਪਰ ਬਿਆਨ ਨਹੀਂ ਦਿਆ। ਸਿੱਖ ਧਰਮ ਕੇ ਉੱਪਰ ਬਿਆਨ ਦੇਣੇ ਸੇ ਪਹਿਲੇ ਬੜੇ ਸੇ ਬੜਾ ਲੀਡਰ, ਛੋਟੇ ਸੇ ਛੋਟਾ ਲੀਡਰ, ਹਰ ਵਿਅਕਤੀ ਸੋਚੇ ਕਿ ਇਹ ਮੇਰੇ ਬਿਆਨ ਕਾ ਕਿਆ ਅਸਰ ਹੋਊਗਾ। ਇਹ ਬਿਆਨ ਬਿਲਕੁਲ ਗਲਤ ਥਾ ਕਿ ਸਿੱਖ ਧਰਮ ਕੋ ਖਤਰਾ ਹੈ। ਪੰਜਾਬ ਤੰਦੂਰ ਹੈ, ਤੰਦੂਰ ਜੇ ਤੰਦੂਰ ਹਮ ਰਾਜਨੀਤਿਕ ਲੋਕੋਂ ਨੇ ਬਣਾਇਆ, ਤਾਂ ਚੰਦ ਧਰਮ ਕੇ ਠੇਕੇਦਾਰਾਂ ਨੇ ਤੰਦੂਰ ਹੈ। ਹਲਕੀ ਸੀ ਇਸਮੇ ਤੇਲ ਡਾਲ ਦਿਆ ਮਿੱਟੀ ਕਾ, ਐਸੀ ਆਗ ਲਗੇਗੀ, ਅਬ ਦੁਬਾਰਾ ਮਿਟੇਗੀ ਨਹੀਂ। ਇਸ ਲਈ ਮੈਂ ਸਭ ਕੋ ਕਹਿਣਾ ਚਾਹਤਾ ਹੂੰ, ਹੱਥ ਜੋੜ ਕੇ, ਜਿਸਨੇ ਗੰਦ ਬੋਲਣਾ ਬੋਲੇ, ਜਿਸਨੇ ਗਾਲੀ ਦੇਣੀ ਦੇ, ਤੁਹਾਰੀ ਐਸੀ ਕੀ ਤੈਸੀ, ਤੁਹਾਰੀ ਨਾ ਪਰਵਾਹ ਕੀ ਨਾ ਕਰੂੰਗਾ। ਸੱਚਾਈ ਇਹ ਹੈ, ਹਰ ਲੀਡਰ ਆਪਣੀ ਜ਼ਬਾਨ 'ਤੇ ਕੰਟਰੋਲ ਕਰੇ, ਤਾਂ ਕਿ ਵਿਵਾਦ ਐਸਾ ਚਲੇ ਕਿ ਫਿਰ ਹਮ ਰੋਟੀਆਂ ਸੇਕੇ। ਫੋਟੋ ਪੋਲੀਟਿਕਸ, ਮੀਡੀਆ ਪੋਲੀਟਿਕਸ, ਮੈਨੇ ਦੇ ਦੀ, ਅਰੇ ਕਿਸੀ ਨੇ ਬਿਆਨ ਦਿਆ ਕਿਸੇ ਕੇ ਧਰਮ ਕੋ ਖਤਰਾ ਹੈ, ਕਿਸਨੇ ਉਸਕੇ ਬਾਰੇ ਮੈਂ ਕੁਛ ਕਹਾ, ਆਗ ਤੋਂ ਲੱਗ ਗਈ। ਅਬ ਆਪਣੇ ਸਵਾਲ ਮੇਰੇ ਸੇ ਪੁੱਛਾ, ਅਗਰ ਜੇ ਨਾ ਕਹਾ ਹੋਤਾ, ਨਾ ਉਸਨੇ ਨਾ ਇਸਨੇ, ਤਾਂ ਮੈਂ ਆਪ ਮੇਰੇ ਸੇ ਸਵਾਲ ਪੁੱਛਤੇ? ਅਬ ਮੇਰੇ ਜਵਾਬ 'ਤੇ ਚਾਰ ਲੋਕ ਫਿਰ ਉਲਟਾ ਸਿੱਧਾ ਬੋਲੇਂਗੇ, ਆਗੇ ਚਲੀ। ਤੋ ਹਮ ਇੱਕ ਜ਼ਿੰਮੇਦਾਰ ਲੋਕ ਹੈ, ਹਮ ਰਾਜਨੀਤੀ ਨਹੀਂ ਹੈ, ਰਾਜਨੀਤੀ ਨਾਮ ਹੀ ਬਦਨਾਮ ਹੈ, ਹਮ ਰਾਜਨੀਤੀ ਕੇ ਉੱਪਰ ਚੱਲਣੇ ਵਾਲੇ। ਹਮੇ ਸੋਚ ਕੇ ਕਰੇ ਕਿ ਇਹ ਬਿਆਨ ਦੇਣੇ ਸੇ ਪਹਿਲੇ ਪੰਜਾਬ ਜਾਂ ਦੇਸ਼ ਕੇ ਉੱਪਰ ਇਸਕਾ ਕਿਆ ਅਸਰ ਹੋਊਗਾ। ਕੋ ਕਹਿੰਦਾ ਮੈਂ ਕਿਸੀ ਕਾ ਬਿੱਟੂ ਕਾ ਸਿਰ ਕਲਮ ਕਰ ਦੂੰਗਾ, ਉਹ ਤੇਰੀ ਐਸੀ ਕਿ ਤੈਸੀ, ਏਕ ਨੇ ਤਾਂ ਗਲਤੀ ਕੀ, ਤੂੰ ਨਹੀਂ ਗਲਤੀ ਕਰਨੇ ਲੱਗ ਗਿਆ। ਮੇਰੀ ਬਾਤ ਨਹੀਂ ਸਮਝੇ, ਤੂੰ ਨਹੀਂ ਗਲਤੀ ਕਰਨੇ ਲੱਗ ਗਿਆ। ਸਵਾਲ ਹੈ, ਇਹ ਹਮਾਰੀ ਗਲਤੀਆਂ ਹੈ, ਹਮੇ ਕੋਈ ਵੀ ਬਿਆਨ ਦੇਣਾ, ਸੋਚ ਕੇ ਬਿਆਨ ਦੇ। ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ। ਜਲੰਧਰ ਪੁਲਿਸ ਦੇ ਵੱਲੋਂ ਹਥਿਆਰ ਤਸਕਰ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ 17 ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 18 ਨਾਜਾਇਜ਼ ਪਿਸਤੌਲ,
66 ਕਾਰਤੂਸ ਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਦਰਸਲ ਹਥਿਆਰਾਂ ਦੀ ਇਹ ਸਪਲਾਈ ਕਰਦੇ ਸਨ। ਮੁਲਜ਼ਮਾਂ ਤੇ ਪਹਿਲਾਂ ਤੋਂ 38 ਤੋਂ ਵੱਧ ਕੇਸ ਦਰਜ ਨੇ। 2 ਹਫ਼ਤਿਆਂ ਦੇ ਲੰਬੇ ਆਪਰੇਸ਼ਨ ਦੇ ਵਿੱਚ ਇਹ ਪੂਰੀਆਂ ਗ੍ਰਿਫਤਾਰੀਆਂ ਹੋਈਆਂ ਨੇ। ਇਹ ਜੋ ਕਾਮਯਾਬੀ ਹਾਸਲ ਹੋਈ ਹੈ, ਦਰਸਲ ਜਲੰਧਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਹਥਿਆਰ ਤਸਕਰ ਗੈਂਗ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ 17 ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। 18 ਨਜਾਇਜ਼ ਪਿਸਤੌਲ, 66 ਕਾਰਤੂਸ ਅਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਨਾਲ ਹੀ ਤੁਹਾਨੂੰ ਅਸੀਂ ਮੁਲਜ਼ਮਾਂ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਜੋ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਜ਼ਰ ਆ ਰਹੇ ਅਤੇ ਨਾਲ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ ਇਹਨਾਂ ਮੁਲਜ਼ਮਾਂ ਤੋਂ, ਉਹ ਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ। ਦਰਅਸਲ 18 ਨਜਾਇਜ਼ ਪਿਸਤੌਲ, 66 ਕਾਰਤੂਸ ਅਤੇ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਹੋਈ ਹੈ। ਪੰਜਾਬ ਅਤੇ ਹਰਿਆਣਾ ਦੇ ਵਿੱਚ ਦਰਅਸਲ ਇਹਨਾਂ ਮੁਲਜ਼ਮਾਂ ਦੇ ਵੱਲੋਂ ਹਥਿਆਰਾਂ ਦੀ ਸਪਲਾਈ ਕੀਤੀ ਜਾਂਦੀ ਸੀ ਅਤੇ ਮੁਲਜ਼ਮਾਂ 'ਤੇ ਪਹਿਲਾਂ ਤੋਂ 38 ਤੋਂ ਵੱਧ ਕੇਸ ਦਰਜ ਨੇ। 2 ਹਫ਼ਤਿਆਂ ਦੇ ਦਰਅਸਲ ਲੰਬੇ ਆਪਰੇਸ਼ਨ 'ਤੇ ਚੱਲਦਿਆਂ ਇਹ ਵੱਡੀ ਕਾਮਯਾਬੀ ਜਲੰਧਰ ਪੁਲਿਸ ਦੇ ਹੱਥ ਲੱਗੀ ਹੈ। ਅਗਲੀ ਵੱਡੀ ਖਬਰ ਅੰਮ੍ਰਿਤਪਾਲ ਦੇ ਨਾਲ ਜੁੜੀ ਹੋਈ ਹੈ। ਪੰਜਾਬ ਪੁਲਿਸ ਦੇ ਵੱਲ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਗਿਆ। ਅੰਮ੍ਰਿਤਸਰ ਪੁਲਿਸ ਨੇ ਹਾਈਕੋਰਟ ਦੇ ਵਿੱਚ ਜਵਾਬ ਦਿੱਤਾ ਜਿਸ ਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤਪਾਲ ਅਤੇ ਸਾਥੀ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਨੇ। ਇਸੇ ਲਈ ਅੰਮ੍ਰਿਤਪਾਲ 'ਤੇ ਦੂਜੀ ਵਾਰ NSC ਲਗਾਇਆ ਗਿਆ। ਅਜਨਾਲਾ ਪੁਲਿਸ ਥਾਣੇ ਦੀ ਬਾਹਰ ਦੀ ਵੀਡੀਓ ਦਾ ਹਵਾਲਾ ਦਿੱਤਾ ਗਿਆ। ਵੀਡੀਓ ਦੇ ਵਿੱਚ ਸੀਐਮ ਦਾ ਬਿਮ ਸਿੰਘ ਵਰਗਾ ਹੱਲ ਕਰਨ ਦੀ ਗੱਲ ਕਹੀ ਗਈ ਹੈ ਕਿ ਸਲਫਨਾਮੇ ਦੇ ਵਿੱਚ ਜ਼ਿਕਰ ਕੀਤਾ ਗਿਆ। ਨਾਲ ਹੀ ਕਿਹਾ ਗਿਆ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੇ ਨੇ। ਅੰਮ੍ਰਿਤਪਾਲ ਦੀ ਭੜਕਾਊ ਗੱਲਾਂ ਦੇ ਵੀ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ। ਕੱਟੜਪੰਥੀ ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਪੰਜਾਬ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਅਜਨਾਲਾ ਥਾਣੇ ਬਾਹਰ ਜੋ ਵੀਡੀਓ ਬਣਾਈ ਗਈ ਸੀ ਉਸਦੇ ਵਿੱਚ ਅੰਮ੍ਰਿਤਪਾਲ ਨੇ ਕਿਹਾ ਸੀ ਕਿ ਸੀਐਮ ਮਾਨਵੀ ਬਿਨ ਸਿੰਘ ਦੇ ਰਸਤੇ 'ਤੇ ਚੱਲ ਪਏ ਨੇ। ਉਹਨਾਂ ਦਾ ਵੀ ਉਹੀ ਅੰਜਾਮ ਹੋਵੇਗਾ ਜੋ ਬਿਨ ਸਿੰਘ ਦਾ ਹੋਇਆ ਸੀ। ਦਿਲਾਵਰ ਨੇ ਮਨੁੱਖੀ ਬੰਬ ਬਣ ਕੇ ਉਹਨਾਂ ਦਾ ਕਤਲ ਕੀਤਾ ਸੀ। ਇਸ ਘਟਨਾ ਨੇ ਹਜ਼ਾਰਾਂ ਦਿਲਾਵਰ ਪੈਦਾ ਕਰ ਦਿੱਤੇ ਨੇ। ਦੱਸਦੇ ਕਿ ਅੰਮ੍ਰਿਤਪਾਲ ਦੇ ਨਾਲ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਉਸਦੇ ਸਾਥੀ ਸਰਜੀਤ ਸਿੰਘ ਕਲਸੀ, ਗੁਰਮੀਤ ਸਿੰਘ ਗਿੱਲ ਨੇ ਹਾਈਕੋਰਟ ਦੇ ਵਿੱਚ NSA ਵਧਾਉਣ ਨੂੰ ਲੈ ਕੇ ਚੁਣੌਤੀ ਦਿੱਤੀ ਹੈ, ਜਿਸ ਦਾ ਜਵਾਬ ਦਾਖਲ ਕਰਦਿਆਂ ਇਹ ਹਲਫਨਾਮਾ ਦਾਖਲ ਕੀਤਾ ਗਿਆ ਅਤੇ ਇਸ ਹਲਫਨਾਮੇ ਦੇ ਵਿੱਚ ਵੱਡੇ ਖੁਲਾਸੇ ਵੀ ਹੋਏ ਨੇ। ਜੋ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਹਲਫਨਾਮਾ ਦਾਖਲ ਕੀਤਾ ਗਿਆ, ਉਸ ਦੇ ਵਿੱਚ ਕਿਹਾ ਗਿਆ ਕਿ ਅੰਮ੍ਰਿਤਪਾਲ ਅਤੇ ਸਾਥੀ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਨੇ। ਸੀਐਮ ਦਾ ਬਿਨ ਸਿੰਘ ਵਰਗਾ ਹੱਲ ਕਰਨ ਦੀ ਧਮਕੀ ਦਿੱਤੀ ਗਈ ਹੈ। ਅੰਮ੍ਰਿਤਪਾਲ ਅਤੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਸਕਦੇ ਨੇ। ਅੰਮ੍ਰਿਤਪਾਲ ਦੀਆਂ ਭੜਕਾਊ ਗੱਲਾਂ ਦੇ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ। ਕੱਟੜਪੰਥੀ ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਦਰਅਸਲ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਿਹੜਾ ਕਿ ਹਾਈਕੋਰਟ ਦੇ ਵਿੱਚ ਇਹ ਹਲਫਨਾਮਾ ਦਾਖਲ ਕੀਤਾ ਗਿਆ। ਇਸ ਹਲਫਨਾਮੇ ਦੇ ਵਿੱਚ ਸਾਫ਼ ਸਾਫ਼ ਜ਼ਿਕਰ ਕੀਤਾ ਗਿਆ ਕਿ ਅੰਮ੍ਰਿਤਪਾਲ ਅਤੇ ਸਾਥੀ ਸੀਐਮ ਮਾਨ ਦੀ ਜਾਨ ਦੇ ਲਈ ਖਤਰਾ ਨੇ। ਸੀਐਮ ਦਾ ਬਿਨ ਸਿੰਘ ਵਰਗਾ ਹੱਲ ਕਰਨ ਦੀ ਧਮਕੀ ਦਿੱਤੀ ਗਈ ਹੈ। ਅੰਮ੍ਰਿਤਪਾਲ ਅਤੇ ਸਾਥੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਸਕਦੇ ਨੇ। ਅੰਮ੍ਰਿਤਪਾਲ ਦੀਆਂ ਭੜਕਾਊ ਗੱਲਾਂ ਦੇ ਵਿੱਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਤਾਕਤ ਹੈ। ਨਾਲੇ ਅੰਮ੍ਰਿਤਸਰ ਪੁਲਿਸ ਨੇ ਇਸ ਹਲਫਨਾਮੇ ਦੇ ਵਿੱਚ ਕਿਹਾ ਕਿ ਕੱਟੜਪੰਥੀ ਵਿਚਾਰਧਾਰਾ ਤੋਂ ਅਸਹਿਮਤ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਤਾਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਖੁਲਾਸਾ ਕੀਤਾ ਹੈ। ISI ਦੇ ਨਾਲ ਸੰਪਰਕ ਦੇ ਵਿੱਚ ਅੰਮ੍ਰਿਤਪਾਲ ਸਿੰਘ। ਪੰਜਾਬ ਸਰਕਾਰ ਦੇ ਆਪਣੇ ਹਲਫਨਾਮੇ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ
ਕਿ ISI ਦੇ ਨਾਲ ਸੰਪਰਕ 'ਚ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ISI ਦੇ ਸੰਪਰਕ ਵਿੱਚ ਹੈ। ਡਿਬਰੂਗੜ੍ਹ ਜੇਲ੍ਹ ਤੋਂ ਵੀ ISI ਦੇ ਸੰਪਰਕ ਵਿੱਚ ਅੰਮ੍ਰਿਤਪਾਲ, ਕਿਉਂਕਿ ਅੰਮ੍ਰਿਤਪਾਲ ਫਿਲਹਾਲ ਜੋ ਕਿ ਅਸਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਤਾਂ ਹਲਫਨਾਮੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ। ਇਹ ਦਾਅਵਾ ਕੀਤਾ ਗਿਆ ਕਿ ਡਿਬਰੂਗੜ੍ਹ ਜੇਲ੍ਹ ਤੋਂ ਵੀ ਅੰਮ੍ਰਿਤਪਾਲ ISI ਦੇ ਸੰਪਰਕ ਵਿੱਚ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਹੈ ਦਰਅਸਲ ISI। ਤਾਂ ਇਸ ਦੇ ਵਿਚਾਲੇ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਹਲਫਨਾਮੇ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਇਹ ਵੱਡਾ ਖੁਲਾਸਾ ਕੀਤਾ ਗਿਆ ਕਿ ISI ਦੇ ਨਾਲ ਸੰਪਰਕ ਵਿੱਚ ਹੈ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ISI ਦੇ ਸੰਪਰਕ ਵਿੱਚ ਹੈ। ਡਿਬਰੂਗੜ੍ਹ ਜੇਲ੍ਹ ਤੋਂ ਵੀ ISI ਦੇ ਨਾਲ ਅੰਮ੍ਰਿਤਪਾਲ ਦੇ ਤਾਰ ਜੁੜੇ ਹੋਏ ਨੇ। ਉੱਥੇ ਹੀ ਅਜਨਾਲਾ ਹਿੰਸਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸਦੀ ਟਾਈਮਲਾਈਨ ਵੀ ਤੁਹਾਨੂੰ ਅਸੀਂ ਵਿਸਤਾਰ ਦੇ ਨਾਲ ਵਾਕਿਫ ਕਰਵਾਵਾਂਗੇ। ਦਰਅਸਲ 23 ਫਰਵਰੀ 2023 ਨੂੰ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਹਿੰਸਾ ਹੋਈ। ਪਾਲਕੀ ਸਾਹਿਬ ਨਾਲ ਲੈ ਕੇ ਪ੍ਰਦਰਸ਼ਨਕਾਰੀ ਉੱਥੇ ਪਹੁੰਚਦੇ ਨੇ। ਅੰਮ੍ਰਿਤਪਾਲ ਅਤੇ ਸਾਥੀਆਂ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਅਤੇ ਇਸ ਨਾਲ ਲਵਪ੍ਰੀਤ ਤੂਫਾਨ ਸਿੰਘ ਦੀ ਰਿਹਾਈ ਦੇ ਲਈ ਥਾਣੇ ਦੇ ਵਿੱਚ ਦਾਖਲ ਹੋਏ। ਅੰਮ੍ਰਿਤਪਾਲ ਅਤੇ ਸਾਥੀ ਹਥਿਆਰ ਲੈ ਕੇ ਥਾਣੇ ਦੇ ਵਿੱਚ ਵੜੇ। ਹਮਲੇ ਦੇ ਵਿੱਚ ਕਈ ਪੁਲਿਸ ਕਰਮੀ ਉਸ ਵੇਲੇ ਜ਼ਖਮੀ ਹੋਏ ਸਨ। ਤਾਂ ਦਬਾਅ ਦੇ ਵਿੱਚ ਹਾਲਾਂਕਿ ਪੁਲਿਸ ਨੇ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰ ਦਿੱਤਾ। ਅਜਨਾਲਾ ਥਾਣੇ ਦੇ ਵਿੱਚ FIR ਨੰਬਰ 39 ਦਰਜ ਕੀਤੀ ਗਈ। 18 ਮਾਰਚ ਨੂੰ ਅੰਮ੍ਰਿਤਪਾਲ ਉਸ ਵੇਲੇ ਫਰਾਰ ਹੋ ਜਾਂਦਾ ਜਦੋਂ ਲਗਾਤਾਰ ਜਲੰਧਰ ਦੇ ਕੋਲ ਪੁਲਿਸ ਦੇ ਵੱਲੋਂ ਅੰਮ੍ਰਿਤਪਾਲ ਦੇ ਕਾਫਲੇ ਦਾ ਪਿੱਛਾ ਕੀਤਾ ਜਾਂਦਾ। ਹਾਲਾਂਕਿ ਉਸਦੇ ਕਈ ਸਾਥੀਆਂ ਨੂੰ 18 ਮਾਰਚ ਨੂੰ ਹੀ ਗ੍ਰਿਫਤਾਰ ਕਰ ਲਿਆ ਜਾਂਦਾ, ਪਰ 18 ਮਾਰਚ ਨੂੰ ਅੰਮ੍ਰਿਤਪਾਲ ਫਰਾਰ ਹੋ ਗਿਆ ਅਤੇ 23 ਅਪ੍ਰੈਲ ਨੂੰ ਆਖਿਰਕਾਰ ਅੰਮ੍ਰਿਤਪਾਲ ਸਿੰਘ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ।